ਸਿੱਕੀ ਫਤਿਹ। ਅਸੀਂ ਸਾਰੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੇਨਤੀ ਕਰਦੇ ਹਾਂ ਕਿ ਅੱਜ ਅਸੀਂ ਉਸ ਜਗ੍ਹਾ 'ਤੇ ਪਹੁੰਚੇ ਹਾਂ, ਕਿਉਂਕਿ ਸਾਰਿਆਂ ਨੂੰ ਪਤਾ ਆ ਕਿ ਜਿਹੜਾ ਪੰਜਾਬ ਦੇ ਵਿੱਚ ਬਹੁਤ ਭਾਰੀ ਹੜ੍ਹ ਆ ਚੁੱਕੇ ਨੇ, ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਮਾਰ ਪੈਂਦੀ ਹੜ੍ਹਾਂ ਦੀ। ਬਾਕੀ ਅੱਜ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ, ਪਿੰਡ ਕਾਲੂਵਾਲਾ, ਜਿਹੜਾ ਕਿ ਹਿੰਦੁਸਤਾਨ ਦੇ ਨਾਲੋਂ ਜਿਹਦਾ ਕਨੈਕਸ਼ਨ ਕੱਟ ਚੁੱਕਾ ਹਰ ਤਰ੍ਹਾਂ ਦੇ ਨਾਲ। ਚਾਰ ਚੁਫੇਰੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਚਾਰ ਚੁਫੇਰੇ ਵੇਖਾ, ਉਹ ਪਾਣੀ ਹੀ ਪਾਣੀ ਜਿਹੜਾ ਆ ਦਿਸ ਰਿਹਾ ਆ। ਅੱਜ ਅਸੀਂ ਉਹਨਾਂ ਘਰਾਂ ਦੇ ਵਿੱਚ ਆਏ ਹਾਂ, 20 ਫੁੱਟ ਪਾਣੀ ਜਿਹੜਾ ਲੰਘ ਕੇ ਬੇੜੀ ਦੇ ਰਾਹੀਂ ਆਏ ਹਾਂ। ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਜਥੇਬੰਦੀ ਦੇ ਸਿੰਘ ਕਾਫੀ ਆਏ ਨੇ, ਪਰ ਬੇੜੀ ਛੋਟੀ ਹੋਣ ਕਰਕੇ ਜਿੰਨੇ ਕੁ ਸਿੰਘ ਬੈਠ ਸਕੇ ਨੇ ਉਹਨਾਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਭਾਈ ਪਿੱਪਲ ਸਿੰਘ ਜੀ ਸਦਰਦੀਨ ਵਾਲਾ, ਨਿਸ਼ਾਨ ਸਿੰਘ ਜੀ ਬਲਾਕ ਸਕੱਤਰ, ਮਲਕੀਤ ਸਿੰਘ ਜੀ ਮੀਤ ਸਕੱਤਰ ਅਤੇ ਬਲਵਿੰਦਰ ਸਿੰਘ ਜੀ, ਜਰਨੈਲ ਸਿੰਘ ਜੀ, ਬਾਕੀ ਸਾਰੇ ਸਮੂਹ ਸਿੰਘ ਆਏ ਨੇ, ਸਰਬਜੀਤ ਸਿੰਘ, ਸਾਰੇ ਸਿੰਘ ਆਏ ਨੇ। ਮੈਂ ਇਸ ਵੀਡੀਓ ਰਾਹੀਂ ਇਹ ਬੇਨਤੀ ਕਰਨੀ ਚਾਹੂੰਗਾ ਕਿ ਜੋ ਸਾਡੀ ਇੰਟਰਨੈਸ਼ਨਲ ਪੰਥਕ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ, ਉਹਦੇ ਸਾਡੇ ਜਥੇਬੰਦੀ ਦੇ ਆਗੂ ਜਿਹੜੇ ਨੇ, ਜੋ ਯੂਕੇ ਤੋਂ ਬਿਲੋਂਗ ਕਰਦੇ ਨੇ, ਭਾਈ ਰਘਬੀਰ ਸਿੰਘ ਜੀ ਜੋ ਮੇਨ ਆਗੂ ਨੇ, ਭਾਈ ਰਘਬੀਰ ਸਿੰਘ ਜੀ ਵਾਲਸਾਲ, ਭਾਈ ਰਘਬੀਰ ਸਿੰਘ ਜੀ ਮਾਲੜੀ, ਇਸੇ ਤਰ੍ਹਾਂ ਹੀ ਪਰਮਜੀਤ ਸਿੰਘ ਜੀ ਢਾਡੀ ਸਾਹਿਬ, ਕਪਤਾਨ ਸਿੰਘ, ਭਾਈ ਮੋਹਨ ਸਿੰਘ ਅਤੇ ਸਾਰਿਆਂ ਦੇ ਨਾਮ ਮੈਂ ਲੈਣ ਲੱਗਾ ਅਤੇ ਬੜੀ ਲੰਮੀ ਲਿਸਟ ਬਣ ਜਾਂਦੀ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਹ ਜਿਹੜੇ ਪਿੰਡ ਨੇ ਜਿਨ੍ਹਾਂ ਦਾ ਹਿੰਦੁਸਤਾਨ ਦੇ ਨਾਲੋਂ ਕਨੈਕਸ਼ਨ ਹੀ ਟੁੱਟ ਚੁੱਕਾ ਆ, ਇਹਨਾਂ ਦੀ ਮਾਲੀ ਸਹਾਇਤਾ ਕਰਨ ਵਾਸਤੇ ਜੋ ਇੰਟਰਨੈਸ਼ਨਲ ਪੰਥਕ ਦਲ ਨੇ, ਜੋ ਅਸੀਂ ਅੱਜ ਹਿੰਮਤ ਕੀਤੀ ਆ ਕਿ ਬੇੜੀ ਦੇ ਰਾਹੀਂ 20-20 ਫੁੱਟ ਪਾਣੀ ਦੇ ਵਿੱਚੋਂ ਲੰਘ ਕੇ ਅੱਜ ਇਸ ਸਥਾਨ 'ਤੇ ਆਏ ਹਾਂ ਕਿ ਵੇਖੀਏ ਕਿ ਇੱਕ ਪਾਸੇ ਅਤਾਰ ਆ, ਨਾਲ ਬਾਰਡਰ 'ਤੇ, ਬਿਲਕੁਲ ਬਾਰਡਰ ਦੇ ਕੰਢੇ 'ਤੇ ਪਿੰਡ ਆ ਅਤੇ ਚਾਰ ਚੁਫੇਰੇ ਪਾਣੀ ਆ, ਪਾਣੀ ਵੀ ਥੋੜ੍ਹਾ ਬਹੁਤਾ ਨਹੀਂ, 20-20 ਫੁੱਟ ਪਾਣੀ ਆ, ਜ਼ਿਆਦਾ ਹੀ ਇਦੋਂ ਹੋਵੇਗਾ। ਸੋ ਮੈਂ ਬੇਨਤੀ ਕਰਾਂ ਕਿ ਇਹਨਾਂ ਪਰਿਵਾਰਾਂ ਦੇ ਕੋਲ ਇਹ ਟਾਪੂ ਦਾ ਧਾਰਨ ਜਿਹੜਾ ਪਿੰਡ ਨਾ, ਟਾਪੂ ਦਾ ਰੂਪ ਧਾਰਨ ਕਰ ਚੁੱਕਾ ਆ, ਇਹਨਾਂ ਨੂੰ ਅਸੀਂ ਇਹਨਾਂ ਦਾ ਇੱਕ ਵਾਅਦਾ ਕਰਦੇ ਹਾਂ ਕਿ ਅਸੀਂ ਕੱਲ੍ਹ ਨੂੰ ਜਾਂ ਅੱਜ ਹੀ ਸ਼ਾਮਾਂ ਜਿੰਨੇ ਜਲਦੀ ਸਾਡੇ ਤੋਂ ਹੋ ਸਕੇ ਰਸਤਾਂ ਬਸਤਾਂ ਇਕੱਠੀਆਂ ਕਰਕੇ, ਜੋ ਵੀ ਸੁੱਕੀਆਂ ਰਸਤਾਂ, ਕਿਉਂਕਿ ਖੰਡ, ਆਟਾ, ਘਿਓ, ਜਿਹੜੀ ਜਿਹੜੀ ਵਸਤੂ, ਦਾਲਾਂ, ਚਾਹ ਪੱਤੀ, ਜੋ ਵੀ ਸਾਡੇ ਤੋਂ ਪਹੁੰਚਾਇਆ ਜਾ ਸਕੇ ਪਹੁੰਚਾਈਏ। ਅਤੇ ਮੈਂ ਯੂਕੇ ਵਾਲੇ ਸਿੰਘਾਂ ਨੂੰ ਫਿਰ ਬੇਨਤੀ ਕਰਦਾ ਹਾਂ, ਭਾਈ ਰਘਬੀਰ ਸਿੰਘ ਨੂੰ, ਭਾਈ ਰਘਬੀਰ ਸਿੰਘ ਵਾਲਸਾਲ, ਭਾਈ ਰਘਬੀਰ ਸਿੰਘ ਮਾਲੜੀ, ਇਸੇ ਤਰ੍ਹਾਂ ਭਾਈ ਰਘਬੀਰ ਸਿੰਘ ਆਪਣਾ ਢਾਡੀ ਸਾਹਿਬ, ਪਰਮਜੀਤ ਸਿੰਘ ਢਾਡੀ, ਕਪਤਾਨ ਸਿੰਘ, ਮੋਹਨ ਸਿੰਘ, ਜਿਹੜੇ ਵੀ ਸਿੰਘ ਮੇਰੀ ਬੇਨਤੀ ਨੂੰ ਸੁਣਦੇ ਆ ਕਿ ਆਪਾਂ ਇਸ ਪਿੰਡ ਦੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ, ਕਿਉਂਕਿ ਆਪਾਂ ਇਨਸਾਨੀਅਤ ਦੇ ਤੌਰ 'ਤੇ ਅਸੀਂ ਕੋਈ ਵੋਟਾਂ ਮੰਗਣ ਵਾਲੇ ਨਹੀਂ। ਅਸੀਂ ਇੱਥੋਂ ਤੱਕ ਕਿ ਮੈਂ ਇਹਨਾਂ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਨੀ ਚਾਹੂੰ, ਕੈਮਰੇ ਵਾਲੇ ਵੀਰ ਨੂੰ ਕਹੂੰਗਾ ਕਿ ਇੱਥੋਂ ਦੇ ਜੋ ਨੰਬਰਦਾਰ ਨੇ ਭਾਈ ਦਰਸ਼ਨ ਸਿੰਘ ਜੀ, ਆਹ ਮੇਰੇ ਕੋਲ ਖੜ੍ਹੇ ਨੇ, ਇਹਨਾਂ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਇਸ ਪਿੰਡ ਦੇ ਵਿੱਚ ਇਸ ਜਥੇਬੰਦੀ ਤੋਂ ਬਗੈਰ ਪਹਿਲਾਂ ਕੌਣ ਇੱਥੇ ਕੋਈ ਪਹੁੰਚਿਆ, ਕੁਛ ਪ੍ਰਸ਼ਾਸਨ ਪਹੁੰਚਿਆ ਹੋਵੇ, ਲਾਗੇ ਲਿਆ ਵੀਰ ਪ੍ਰਸ਼ਾਸਨ ਪਹੁੰਚਿਆ ਹੋਵੇ, ਕੋਈ ਪੁਲਿਸ ਮਹਿਕਮਾ, ਕੋਈ ਹੋਰ ਸਮਾਜ ਸੇਵੀ ਜਥੇਬੰਦੀ ਕੋਈ ਪਹੁੰਚੀ, ਸਾਨੂੰ ਦੱਸਿਓ ਜੀ। ਕੋਈ ਮਹਿਕਮਾ ਨਹੀਂ ਪਹੁੰਚਿਆ ਸਰ, ਕੋਈ ਪ੍ਰਸ਼ਾਸਨ ਬੰਦਾ ਜਿੱਦਾਂ ਆਪਣੇ ਤੁਹਾਡੇ ਜਥੇ ਬਗੈਰ ਤੋਂ ਵਗੈਰ ਕੋਈ ਨਹੀਂ। ਅਤੇ ਹੋਰ ਤੁਹਾਨੂੰ ਇੱਥੇ ਜੋ ਵੀ ਚੀਜ਼ਾਂ ਦੀ, ਵਸਤੂਆਂ ਦੀ ਜ਼ਰੂਰਤ ਆ? ਜ਼ਰੂਰਤ ਸਾਰੀ ਘਰ ਦੇ ਵਰਤੋਂ ਦਾ, ਜਿਸ ਤਰੀਕੀ ਉਹਦਾ ਜਲਦੀ ਪਹੁੰਚਾਈ, ਜ਼ਰੂਰੀ ਚਾਹੀਦੀ, ਬਾਕੀ ਉਹ ਬਾਜ਼ਾਰ ਸਾਡੇ ਸ਼ਹਿਰ ਸਭ ਟੁੱਟਿਆ ਹੋਇਆ, ਨਹੀਂ ਜਾ ਸਕਦੇ। ਹਾਂਜੀ, ਵਾਹਿਗੁਰੂ ਜੀ, ਉਹਨਾਂ ਦੱਸਿਆ ਵੀ ਸਾਡਾ ਸੰਪਰਕ ਟੁੱਟ ਚੁੱਕਾ ਆ, ਇੱਥੇ ਨਾ ਕੋਈ ਡਾਕਟਰੀ ਵਸਤਾ, ਨਾ ਕੋਈ ਮੈਡੀਕਲ ਸਹਾਇਤਾ ਆ, ਨਾ ਕੋਈ ਰਸਤਾ ਵਸਤਾਂ ਦੀ, ਖਾਣ ਪੀਣ ਤੋਂ ਤੰਗ ਹੋਏ ਬੈਠੇ ਨੇ, ਡੰਗਰਾਂ ਨੂੰ ਜਿਹੜੇ ਪੱਠੇ ਵੱਢ ਲਏ ਉਹ ਵੱਢ ਕੇ ਇੱਥੇ ਰੱਖੇ ਨੇ, ਬਾਕੀ ਸਾਰੇ ਤੁਸੀਂ ਕਹਿੰਦੇ ਚਾਰ ਚੁਫੇਰੇ ਪਾਣੀ ਪਾਣੀ, ਪੱਠੇ ਵੱਢਣ ਤੋਂ ਵੀ ਅਸਮਰਥ ਨੇ।
ਡੰਗਰ ਜਿਹੜੇ ਮੈਂ ਤੁਹਾਨੂੰ ਅੱਗੇ ਵਿਖਾਊਂਗਾ, ਦੂਸਰੀ ਵੀਡੀਓ ਇੱਕ ਹੋਰ ਪਾਊਂਗਾ, ਕਿਉਂਕਿ ਕੁਝ ਘਰ ਇੱਥੇ ਨੇ, ਕੁਝ ਘਰ ਲਾਗੇ ਹੋਰ ਜੁੜੇ ਨੇ, ਉੱਥੇ ਵਿਖਾਊਂਗਾ ਕਿਸ ਤਰ੍ਹਾਂ ਡੰਗਰ ਪਾਣੀ ਦੇ ਵਿੱਚ ਬੱਝੇ ਪਏ ਨੇ। ਸੋ ਮੇਰੀ ਬੇਨਤੀ ਨੂੰ ਫਿਰ ਦੁਬਾਰਾ ਮੈਂ ਬੇਨਤੀ ਕਰਦਾ, ਬੇਨਤੀ ਨੂੰ ਪ੍ਰਵਾਨ ਕਰੋ ਜਿੰਨੀ ਜਲਦੀ ਹੋ ਸਕੇ। ਸਾਨੂੰ ਇੰਟਰਨੈਸ਼ਨਲ ਪੰਥਕ ਦਲ ਦੇ ਜਿਹੜੇ ਸਾਡੇ ਆਗੂ ਸਾਹਿਬਾਨ ਨੇ, ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਸਾਡੀ, ਅਤੇ ਜਾ ਤਾਂ ਕਿ ਅਸੀਂ ਇਨਸਾਨੀਅਤ ਦੇ ਰਿਸ਼ਤੇ ਅਨੁਸਾਰ ਅਸੀਂ ਇਹਨਾਂ ਦੀ, ਆਪਣੇ ਭਰਾਵਾਂ ਦੀ ਜਿਹੜੇ ਪਾਣੀ ਵਿੱਚ ਡੁੱਬੇ ਪਏ ਨੇ ਹਿੰਦੁਸਤਾਨ ਤੋਂ, ਇਹਨਾਂ ਦਾ ਕਨੈਕਟ ਜਿਹੜਾ ਖਤਮ ਹੋ ਚੁੱਕਾ ਆ, ਉਹਨਾਂ ਦੀ ਸਹਾਇਤਾ ਕਰ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਗੇ ਵੀ ਦੱਸਿਆ ਸੀ ਕਿ ਜਿਹੜਾ ਪਿੰਡ ਕਾਲੂ ਵਾਲਾ ਝੁੱਗੇ ਵੱਜਦੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਇਸ ਪਿੰਡ ਦੇ ਵਿੱਚ ਆਹ ਤੁਸੀਂ ਵੇਖਣ ਡੇ ਵੀ ਸਿੰਘ ਜਿਹੜੇ ਆ, ਪ੍ਰਧਾਨ ਸਾਹਿਬ ਪਿੱਪਲ ਸਿੰਘ ਜੀ, ਨਿਸ਼ਾਨ ਸਿੰਘ ਜੀ, ਅਸੀਂ ਪਾਣੀ ਦੇ ਵਿੱਚ ਖੜ੍ਹੇ ਹਾਂ। ਇਹ ਪਿੰਡਾਂ ਦੇ ਇੱਥੋਂ ਤੱਕ ਪਾਣੀ ਜਿਹੜਾ ਘਰਾਂ ਦੇ ਵਿੱਚ ਵੜ ਗਿਆ ਆ, ਅਤੇ ਚਾਰ ਚੁਫੇਰੇ ਤੁਸੀਂ ਨਿਗਾਹ ਮਾਰ ਕੇ ਵੇਖੋ, ਚਾਰ ਚੁਫੇਰੇ ਪਾਣੀ ਆ। ਖੇਤ ਬੜੇ ਉੱਚੇ ਥਾਂ 'ਤੇ, ਇਹ ਟਾਪੂ, ਇੱਕ ਟਾਪੂ ਦੀ ਸ਼ਕਲ ਧਾਰਨ ਕਰ ਗਿਆ ਪਿੰਡ ਇਹ, ਅਤੇ ਇਹਦਾ ਆਪਾਂ ਜੇ ਇੱਦਾਂ ਕਹਿ ਲਈਏ ਕਿ ਹਿੰਦੁਸਤਾਨ ਦੇ ਨਾਲੋਂ ਹੀ ਇਹਦਾ ਕਨੈਕਟ ਟੁੱਟ ਚੁੱਕਾ ਆ, ਕਿਉਂਕਿ ਇੱਥੇ ਨਾ ਕੋਈ ਚੀਜ਼ ਬਾਹਰੋਂ ਖਾਣ ਵਾਸਤੇ ਆਉਂਦੀ ਆ, ਨਾ ਕੋਈ ਅੱਜ ਤੱਕ ਕੋਈ ਵੀ, ਕੋਈ ਪ੍ਰਸ਼ਾਸਨ, ਕੋਈ ਜਥੇਬੰਦੀ, ਕੋਈ ਵੀ ਅੱਜ ਤੱਕ ਨਹੀਂ ਪਹੁੰਚੀ। ਸੋ ਅਸੀਂ ਇਹਨਾਂ ਘਰਾਂ ਦੇ ਵਿੱਚ, ਇਹਨਾਂ ਪਰਿਵਾਰਾਂ ਨੂੰ, ਇਹਨਾਂ ਦਾ ਦਰਦ ਵੇਖ ਕੇ ਅਸੀਂ ਆਏ ਹਾਂ, ਜਾਇਜ਼ਾ ਲੈਣ ਵਾਸਤੇ ਆਏ ਹਾਂ ਵੀ ਕਿਹੜੀ ਸ਼ਾਇਦ ਹੀ ਇੱਥੇ ਲੰਗਰ ਦੀ ਵਿਵਸਥਾ, ਦਵਾਈ ਦੀ ਵਿਵਸਥਾ, ਕਿਸ ਚੀਜ਼ ਦੀ ਵਿਵਸਥਾ। ਉਸ ਹਿਸਾਬ ਨਾਲ ਅਸੀਂ ਇੱਥੇ ਲੈ ਕੇ ਸੇਵਾ ਕਰਨ ਵਾਸਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜੋ ਸੇਵਾ, ਜੋ ਸਾਡੇ ਸਿੰਘ ਲੋਹੀਆਂ ਦੇ ਇਲਾਕੇ ਵਿੱਚ ਪ੍ਰਧਾਨ ਸਾਹਿਬ, ਪੰਜਾਬ ਪ੍ਰਧਾਨ ਭਾਈ ਲਖਵਿੰਦਰ ਸਿੰਘ, ਕਿਰਪਾ ਸਿੰਘ, ਗੁਰਨਾਮ ਸਿੰਘ, ਉਹ ਇੱਕ ਟੀਮ ਸਾਡੀ ਉੱਧਰ ਗਈ ਆ, ਦੂਜੀ ਟੀਮ ਸਾਡੀ ਜਿਹੜੀ ਆ ਉਹ ਇੱਧਰ, ਤਿੰਨ ਸਿੰਘ ਤਾਂ ਸਾਡੇ ਮੂਵੀਆਂ ਬਣਾ ਰਹੇ ਨੇ, ਭਾਈ ਮਲਕੀਤ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਤਰਸੇਮਪਾਲ ਸਿੰਘ ਜੀ, ਅਤੇ ਕੁਝ ਸਾਡੇ ਸਿੰਘ ਜਿਹੜੇ ਬੇੜੀ ਛੋਟੀ ਹੋਣ ਕਰਕੇ ਉਹ ਪਾਰ ਪਿੱਛੇ ਰਹਿ ਗਏ ਨੇ, ਉਹਨਾਂ ਤੋਂ ਨਹੀਂ ਆਇਆ ਜਾ ਸਕਿਆ। ਮੈਂ ਅੱਗੇ ਬੇਨਤੀ ਕੀਤੀ ਕਿ ਇਹਨਾਂ ਪਿੰਡਾਂ ਦੀ ਸਾਰ ਲੈਣ ਦੀ ਜਿੰਨੀਆਂ ਸੰਸਥਾਵਾਂ ਸਾਡੀਆਂ, ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਨੇ, ਇਹਨਾਂ ਪਿੰਡਾਂ ਦੇ ਸਾਰ ਲੈਣ ਦੀ ਲੋੜ ਹੈ ਸਾਨੂੰ, ਕਿਉਂਕਿ ਇਕੱਲਾ ਇਹ ਪਿੰਡ ਨਹੀਂ, ਕਈ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹੋ ਜਿਹੀਆਂ ਸਹੂਲਤਾਂ, ਕਿਉਂਕਿ ਇਹ ਡੁੱਬਾ ਪਿਆ, ਕਈ ਬਿਮਾਰੀਆਂ ਸਾਹਮਣਾ ਵੀ ਕਰਨਾ ਪੈਣਾ, ਕਿਉਂਕਿ ਸਾਡਾ ਪਾਣੀ ਵੇਖੋ ਇਹ ਸਾਰਾ ਬਿਮਾਰੀ ਦਾ ਕਾਰਨ ਬਣੇਗਾ। ਇਹ ਪਿੰਡ ਪਾਣੀ ਦੇ ਵਿੱਚ ਘਿਰਿਆ ਆ, ਚਾਰ ਚੁਫੇਰੇ ਪਾਣੀ ਆ, ਦੂਜੇ ਪਾਸੇ ਨਾਲ ਬਾਰਡਰ ਦੀਆਂ ਤਾਰਾਂ, ਜਾਣੀ ਕਿ ਪਾਕਿਸਤਾਨ ਤੱਕ ਸਾਰਾ ਪਾਣੀ ਬਣਨ ਜਾ ਰਿਹਾ। ਇਸੇ ਤਰ੍ਹਾਂ ਹੀ ਅੱਗੇ ਚੱਲ ਕੇ ਵੀ ਤੁਹਾਨੂੰ ਵਿਖਾਉਣੇ, ਦੂਜੀ ਵੀਡੀਓ ਦੇ ਵਿੱਚ ਵਿਖਾਵਾਂਗੇ ਜਿਸ ਤਰ੍ਹਾਂ ਅੱਗੇ ਵਿਖਾਇਆ ਸੀ। ਅਤੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਗੱਲਬਾਤ ਵੀ ਜਿਹੜੀ ਆ ਉਹ ਕਰਾਂਗੇ ਕਿ ਇਹਨਾਂ ਪਰਿਵਾਰਾਂ ਦੀਆਂ ਕੀ ਮੁਸ਼ਕਲਾਂ ਆ, ਕਿਸ ਹਿਸਾਬ ਨਾਲ, ਕਿਸ ਆਸਰੇ ਇੱਥੇ ਬੈਠੇ ਨੇ। ਸੋ ਮੈਂ ਭਾਈ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਧਰ ਸਾਡੇ ਨਾਲ ਆਣ ਕੇ ਨਾਲੇ ਤਾਂ ਇਹਨਾਂ ਨੂੰ ਘਰਾਂ ਦੀ ਹਾਲਾਤ ਜਿਹੜੇ ਆ ਵਿਖਾਏ ਜਾਣ। ਪਾਣੀ ਜਿਹੜਾ ਵੜ ਚੁੱਕਾ ਆ, ਕੀ ਨਾਂ ਤੁਹਾਡਾ? ਦਰਸ਼ਨ ਸਿੰਘ। ਮੈਂ ਦਰਸ਼ਨ ਸਿੰਘ ਜੀ ਬੇਨਤੀ ਕਰਦਾ ਕਿ ਤੁਹਾਡਾ ਪਿੰਡ ਜਿਹੜਾ ਇਹਦਾ ਹਿੰਦੁਸਤਾਨ ਨਾਲ ਨਾਤਾ ਕੱਟ ਚੁੱਕਿਆ ਆ, ਕੋਈ ਪੁੱਲ ਨਹੀਂ, ਕੁਛ ਨਹੀਂ ਜੀ। ਮੈਂ ਬੇਨਤੀ ਕਰੂੰਗਾ ਵੀ ਸਾਡੇ ਤੋਂ ਪਹਿਲਾਂ ਇੱਥੇ ਕੋਈ ਪ੍ਰਸ਼ਾਸਨ ਜਾਂ ਕੋਈ ਹੋਰ ਜਥੇਬੰਦੀ ਕੋਈ ਇੱਥੇ ਪਹੁੰਚਿਆ? ਕੋਈ ਸਾਡਾ ਪਤਾ ਨਹੀਂ ਲਿਆ, ਨਾ ਇੱਥੇ ਜਿੱਦਾਂ ਹੀ ਬੈਠਿਆ ਉੱਦਾਂ ਹੀ ਬੈਠਿਆ, ਨਾ ਸਾਡਾ ਕਿਸੇ ਪਹਿਲਾਂ ਡੁੱਬੇ ਨੇ ਬੱਚੇ ਨੇ, ਨਾ ਕੋਈ ਅਤੇ ਬੇੜੀ ਆ, ਮਗਰ ਸਾਡੀ ਬੇੜੀ ਹੈਗੀ, ਖੰਡ ਮਿੱਠਾ ਲਿਆ ਵੀ ਰੋਟੀ ਕੋਈ ਖਾ ਵੀ ਬਸ। ਅੱਛਾ, ਇਹਨਾਂ ਨੇ ਜਿੱਦਾਂ ਦੱਸਣਾ ਕੀਤਾ ਆ
ਕਿ ਇਹਨਾਂ ਦੇ ਕੋਲ ਅੱਜ ਤੱਕ ਨਾ ਕੋਈ ਪ੍ਰਸ਼ਾਸਨ ਪਹੁੰਚਿਆ, ਨਾ ਇੱਥੇ ਕੋਈ ਜਥੇਬੰਦੀ, ਨਾ ਕੋਈ ਸਮਾਜ ਸੇਵੀ, ਕੋਈ ਨਹੀਂ ਪਹੁੰਚਿਆ। ਸੋ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ, ਜਾਇਜ਼ਾ ਲੈਣ ਵਾਸਤੇ ਇੱਥੇ ਆਏ ਸਾਂ। ਸਾਰਿਆਂ ਘਰਾਂ ਦੇ ਵਿੱਚ ਜਾਵਾਂਗੇ ਅਤੇ ਮੈਂ ਅੱਗੇ ਭਾਈ ਸਾਹਿਬ ਨੂੰ ਆਖਿਆ ਸੀ ਕਿ ਹਾਲਤ ਤੁਸੀਂ ਵੇਖ ਚੁੱਕੇ, ਚਾਰ ਚੁਫੇਰੇ ਪਾਣੀ ਆ, ਜਿਸ ਤਰ੍ਹਾਂ ਕਿ ਇੱਕ ਟਾਪੂ ਸਮੁੰਦਰ 'ਚ ਹੁੰਦੇ, ਇਹ ਟਾਪੂ ਦਾ ਰੂਪ ਧਾਰਨ ਪਿੰਡ ਨੇ ਕਰ ਚੁੱਕਿਆ। ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਆ, ਤਾਰ ਨਾਲ ਆ, ਅਤੇ ਦੂਜੇ ਪਾਸੇ ਚਾਰ ਚੁਫੇਰੇ ਪਾਣੀ ਦੇ ਵਿੱਚ ਘਿਰੇ ਨੇ। ਹਾਂ, ਸਾਡੀ ਜਥੇਬੰਦੀ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਮੱਗੇ ਵੀ ਦੱਸਿਆ ਵੀ ਸਾਰੇ ਸਿੰਘ ਜਿਹੜੇ ਆ ਆਏ ਨੇ, ਕੋਈ ਸਿੰਘ ਤਾਂ ਪਿੱਛੇ ਬੇੜੀ ਛੋਟੀ ਹੋਣ ਕਰਕੇ ਨਹੀਂ ਪਹੁੰਚ ਸਕੇ, ਅਤੇ ਜਿੰਨੇ ਕੁ ਸਿੰਘ ਬੈਠ ਸਕੇ ਉਨੇ ਕੁ ਆਏ ਨੇ। ਬਾਕੀ ਦੂਜੀ ਗੱਲ, ਅਸੀਂ ਇਹਨਾਂ ਵੀਰਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਨੂੰ ਕੋਈ ਦਵਾਈ ਦੀ ਵਿਵਸਥਾ, ਕੋਈ ਲੰਗਰ ਦੀ ਵਿਵਸਥਾ, ਕੋਈ ਰਸਤਾਂ ਦੀ ਵਿਵਸਥਾ ਸਾਨੂੰ ਦੱਸੋ, ਅਸੀਂ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਆ ਤਨ ਮਨ ਧਨ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰ ਸਕੀਏ। ਅਤੇ ਮੈਂ ਅੰਦਰ ਇਹ ਬੇਨਤੀ ਕਰੂੰਗਾ ਕਿ ਬੀਬੀਆਂ ਤੋਂ ਵੀ ਆਪਾਂ ਥੋੜ੍ਹੀ ਪੁੱਛਗਿੱਛ ਕਰਨੀ ਚਾਹੁੰਦੇ ਹਾਂ। ਹਾਂਜੀ, ਉਹ ਵੀਰੋ ਆਹ ਇੰਨਾ ਕੁ ਥੜਾ ਜਿਹੜਾ ਆ ਇਹ ਬਚਿਆ ਆ ਘਰ ਦਾ, ਇਹ ਆਹ ਹਾਲਾਤ ਹੋ ਗਏ ਨੇ। ਅਤੇ ਸਾਡੇ ਪੁਲਿਸ ਕਿਸ ਤਰ੍ਹਾਂ ਡਿੰਗਾ ਮਾਰ ਰਿਹਾ, ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ, ਕਿ ਅਸੀਂ ਹਰੇਕ ਹੜ੍ਹ ਪੀੜ ਦੀ ਥਾਰ ਲੈਣ ਡਏ ਹਾਂ। ਅਸੀਂ ਅੱਜ ਕਿੰਨੇ ਦਿਨਾਂ ਬਾਅਦ ਆਏ ਹਾਂ।